ਸਾਰੇ ਗੱਤੇ ਆਖੇ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕਿਰਪਾ ਕਰਕੇ ਪ੍ਰਯੋਗ ਦੀ ਰੀਤ ਸ਼ੁਰੂ ਕਰਾਈ ਸੀ ਜਪ ਪ੍ਰਯੋਗ। ਉਸ ਤੋਂ ਬਾਅਦ ਇੱਕ ਵਾਰੀ ਫੇਰ ਸਾਰੇ ਗੱਜੇ ਆਖੋ ਧੰਨ ਮਾਤਾ ਭੁਪਿੰਦਰ ਕੌਰ ਜੀ ਜਿਨ੍ਹਾਂ ਨੇ ਅੱਜ ਕਰਕੇ ਸਤਿਪਾਹ ਚਰਨਾਂ 'ਚ ਕਿਰਪਾ ਕਰਾਈ ਕਿ ਮਾਈਆਂ ਬੀਬੀਆਂ ਨੂੰ ਵੀ ਪ੍ਰਯੋਗ 'ਚ ਲੱਗਣ ਦੀ ਆਗਿਆ ਦਿਓ। ਉਦੋਂ ਬਾਅਦ ਫਿਰ ਮਾਈਆਂ ਪ੍ਰਯੋਗ ਬੈਠਣ ਲੱਗੀਆਂ। ਉਸ ਸਰਗੁਣ ਦੀਆਂ ਜਿਨ੍ਹਾਂ ਨੇ ਅਸੀਂ ਜਿਨ੍ਹਾਂ ਦੀਆਂ ਅਸੀਂ ਖੁਸ਼ੀਆਂ ਮਾਣੀਆਂ ਨੇ, ਜਿਨ੍ਹਾਂ ਦੀ ਛਤਰਸ਼ਾਹ ਹੈ ਮੇਰੇ ਸਾਥੀ ਮੇਰੇ ਹਾਣੀ ਸੌਰਾਂ ਦੀ ਛਤਰਸ਼ਾਹ ਹੈ ਮੌਜਾਂ ਮਾਣੀਆਂ ਨੇ, ਉਸ ਸਤਿਗੁਰੂ ਜਗਜੀਤ ਸਿੰਘ ਸਿਪਾਹੀ ਕਿਰਪਾ ਨਾਲ ਇਹ ਪ੍ਰਯੋਗ ਨੂੰ ਦਿਨ ਦੂਣੀ ਰਾਤ ਚੌਣੀ ਤਰੱਕੀ ਦਵਾਈ ਔਰ ਪਿੰਡਾਂ ਪਿੰਡਾਂ 'ਚ ਸ਼ਹਿਰਾਂ ਸ਼ਹਿਰਾਂ 'ਚ ਦੇਸਾਂ 'ਚ ਪ੍ਰਦੇਸਾਂ 'ਚ ਸ਼ੁਰੂ ਕਰਾਇਆ। ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਮੌਕੇ ਦੇ ਹਾਕਮ ਜਿਹੜੇ ਆਪ ਭਾਈ ਦੌੜ ਕਰਕੇ ਸਾਨੂੰ ਇਸ ਪਾਸੇ ਲਾਉਣ ਲੱਗੇ ਨੇ, ਲਾਈ ਜਾ ਰਹੇ ਨੇ, ਕਿਸੇ ਨੂੰ ਪਿਆਰ ਨਾਲ, ਕਿਸੇ ਨੂੰ ਫੋਨ ਜਾ ਕੇ, ਕਿਸੇ ਨੂੰ ਟੈਲੀਫੋਨ ਕਰਕੇ ਵੀ ਤੁਸੀਂ ਭਜਨ ਕਰੋ। ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜੀ ਸਿੰਘ ਸਤਿਕਾਰਯੋਗ ਸਾਧ ਸਿੰਘ ਜੀ ਵੱਡੇ ਭਾਗ ਨੇ ਸਾਡੇ ਜਿਨ੍ਹਾਂ ਨੂੰ ਪ੍ਰਯੋਗ ਦੇਖਣ ਨੂੰ ਮਿਲਣਾ। ਪਿਛਲੇ ਸਾਲ ਨਾਲੋਂ ਕਈ ਸਾਡੇ ਸਾਥੀ ਵਿਛੋੜਾ ਲੈ ਗਏ। ਸੰਗ ਚਲਤ ਹੈ ਹਮ ਭੀ ਛੱਡਣਾ, ਦੂਰ ਗਵਨ ਸਿਰ ਉੱਪਰ ਮੰਨਣਾ। ਪਤਾ ਨਹੀਂ ਕਿਹਨੇ ਕਦੋਂ ਚਲੇ ਜਾਣਾ, ਅਗਲੀ ਵਾਰੀ ਕਿਹਦਾ ਮੇਲਾ ਹੋਣਾ। ਪਿਛਲੀ ਵਾਰੀ ਜਿੰਨੇ ਸੀ ਜਿਨ੍ਹਾਂ ਦਾ ਅਸੀਂ ਘਾਟਾ ਹੀ ਨਹੀਂ ਪੂਰਾ ਕਰ ਸਕਦੇ, ਮਾਸਟਰ ਦਰਸ਼ਨ ਸਿੰਘ ਹੋਣੀ ਜਿਨ੍ਹਾਂ ਦੀ ਆਵਾਜ਼ ਸੁਣਨ ਰਹਿ ਗਈ। ਇਸ ਕਰਕੇ ਸਤਿਪਾਹਿਆ ਹੁਕਮ ਕੀਤਾ ਸਤਿਗੁਰੂ ਜਗਜੀਤ ਸਿੰਘ ਜੀ ਹਰ ਹੁਕਮਨਾਮੇ ਦੇ ਵਿੱਚ ਹਰ ਉਪਦੇਸ਼ ਦੇ ਵਿੱਚ ਹੁਕਮ ਕਰਦੇ ਨੇ ਸਾਧ ਸਿੰਘ ਸਵਾਸ ਸਵਾਸ ਭਜਨ ਕਰਨਾ ਚਾਹੀਦਾ। ਸਵਾਸ ਸਵਾਸ ਭਜਨ ਕਰਨ ਦਾ ਮਤਲਬ ਇਹ ਵੀ ਆਇਆ ਕਿ ਸਾਨੂੰ ਜਦੋਂ ਸਾਡਾ ਅੰਤ ਕਾਲ ਆਵੇ ਉਦੋਂ ਸਾਨੂੰ ਸਾਡਾ ਸਤਿਗੁਰ ਚੇਤੇ ਰਵੇ। ਸਤਿਪਾਹ ਕਿਰਪਾ ਕੀਤੀ ਗੁਰੂ ਨਾਨਕ ਨੇ ਜਪੁਜੀ ਸਾਹਿਬ ਦੀ ਚੌਥੀ ਪੌੜੀ 'ਚ ਇੱਕ ਤੁਕ ਲਿਖੀ ਆ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਦੇ ਆਪ ਹੀ ਲੱਗੇ ਹੋਏ ਸਾਰੇ, ਸੱਚਾ ਨਾਮ ਵੀ ਤੁਸੀਂ ਜਪਿਆ, ਸੁਖਵਿੰਦਰ ਜੀ ਉਹਨਾਂ ਨੇ ਵਡਿਆਈ ਕੀਤੀ ਆ, ਤੁਸੀਂ ਸਾਰਿਆਂ ਨੇ ਵਡਿਆਈ ਸੁਣੀ ਆ। ਹੁਣ ਅਗਲੀ ਜਿਹੜੀ ਉਹਨਾਂ ਨੇ ਡਿਊਟੀ ਲਾਈ ਆ ਵਿਚਾਰ ਕਰਨ ਦੀ, ਆਪਾਂ ਉਸ ਵਿਚਾਰ
ਉਹ ਕਰਨੀ ਆ ਵੀ ਕੀ ਕਰਨਾ, ਪ੍ਰਯੋਗ ਚ ਬਹਿ ਕੇ ਕੀ ਕਰਨਾ, ਅਸੀਂ ਸਾਹਸਨ ਚ ਬਹਿ ਕੇ ਕੀ ਕਰਨਾ। ਸਾਹਸਨ ਚ ਐਸੀ ਹੋਣੀ ਚਾਹੀਦੀ ਆ। ਗੁਰੂ ਨਾਨਕ ਦੇਵ ਜੀ ਨੂੰ ਕਿਸੇ ਨੇ ਸਵਾਲ ਕੀਤਾ, ਸਤਸੰਗਤ ਕੈਸੀ ਜਾਣੀ ਹੈ? ਜਵਾਬ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ, ਜਿੱਥੇ ਇੱਕੋ ਨਾਮ ਉਠਾਣੀ ਹੈ, ਬਿਲਕੁਲ ਇੱਕ ਨਾਮ ਤੋਂ ਬਗੈਰ ਹੋਰ ਕੋਈ ਗੱਲ ਨਾ ਹੋਵੇ। ਕਿਸੇ ਦੀ ਚੁਗਲੀ, ਕਿਸੇ ਦੀ ਨਿੰਦਿਆ, ਕਿਸੇ ਦੀ ਈਰਖਾ, ਕਿਸੇ ਦਾ ਦੁਆ, ਕੋਈ ਨਾ ਹੋਵੇ, ਜਿੱਥੇ ਇੱਕੋ ਨਾਮ ਉਠਾਣੀ ਹੈ ਉਹ ਸਤਸੰਗਤ ਹੈ। ਫਿਰ ਸਵਾਲ ਹੋਇਆ ਉਹ ਨਾਮ ਕੀ ਹੈ? ਇੱਕੋ ਨਾਮ ਹੁਕਮ ਹੈ। ਠੀਕ ਤੋਂ ਮਿਲਿਆ ਨਾਨਕ ਸਤਿਗੁਰ ਦੀ ਆ ਬਜਾਏ ਜੀਓ। ਹੁਣ ਹੁਕਮ ਤਾਂ ਸੱਚ ਵਾਹਿਗੁਰੂ ਦਾ ਨਾਮ, ਜਿਹੜਾ ਹੁਕਮ ਆ ਉਹ ਨਾਮ ਆ। ਵਾਲਮੀਕ ਜੀ ਨੂੰ ਕੀ ਨਾਮ ਦਿੱਤਾ ਸੀ? ਕੋਈ ਚਾਰ ਅੱਖਰ ਨੇ ਤੇ ਕੋਈ ਦੋ ਅੱਖਰ ਨੇ ਤੇ ਮਰਾ ਮਰਾ ਕਿਹਾ ਸੀ। ਮਰਾ ਮਰਾ ਕਰਦਿਆਂ ਕਰਦਿਆਂ ਨੇ 10,000 ਸਾਲ ਪਹਿਲਾਂ ਰਮਾਇਣ ਲਿਖੀ। ਅਜਾਮਲ ਉਦਯੋਗ ਹੈ ਇੱਕ ਵਾਰ, ਅਜਾਮਲ ਪਾਪੀ ਜਾਗ ਜਾਣਾ ਹੈ। ਅਜਾਮਲ ਨੂੰ ਕੀ ਨਾਮ ਦਿੱਤਾ ਸੀ? ਕੋਈ ਭਜਨ ਨਹੀਂ ਦਿੱਤਾ, ਉਤਰ ਗਿਆ, ਕਲਿਆਣ ਹੋ ਗਿਆ। ਕਿਵੇਂ? ਇੱਕੋ ਨਾਮ ਹੁਕਮ ਹੈ। ਪੰਡਿਤ ਸੀ, ਵਿਦਵਾਨ ਸੀ, ਰਾਜੇ ਦੇ ਦਰਬਾਰ ਦਾ ਪ੍ਰੋਹਤ ਸੀ। ਗਲਤ ਸੰਗਤ ਪੈ ਗਈ, ਬੇਸਵਾਰੀ ਸੰਗਤ ਹੋ ਗਈ, ਉਹਨੂੰ ਉੱਥੋਂ ਕੱਢਿਆ ਗਿਆ, ਸ਼ਹਿਰ ਚੋਂ ਬਾਹਰ ਕੱਢਤਾ। ਬਾਅਦ ਝੁੱਗੀ ਪਾਲੀ, ਸੰਤ ਲੰਘੇ ਜਾਂਦੇ ਦੇਖਿਆ ਵੀ ਇਹ ਵਿਦਵਾਨ ਆ ਗਈ, ਇਹਦਾ ਭਲਾ ਕਿਵੇਂ ਕਰਨਾ। ਅਜਾਮ ਜੀ ਵਿਦਵਾਨ ਸੀ, ਉਹਨਾਂ ਨੇ ਸਾਰਾ ਸੇਵਾ ਕੀਤੀ ਡੱਟ ਕੇ, ਅਤਿਥੇ ਦੀ ਆਏ ਜਿਵੇਂ ਵੇਦਾਂ 'ਚ ਲਿਖਿਆ। ਉਹਨਾਂ ਨੇ ਖੁਸ਼ ਹੋ ਕੇ ਆਖਿਆ, ਅਜਾਮਲ ਇੱਕ ਸਾਡੀ ਗੱਲ ਮੰਨਿਆ, ਹੁਕਮ ਕਰੋ ਜੀ। ਤੇਰੇ ਘਰ ਬੱਚੇ ਨੇ ਜਨਮ ਲੈਣਾ, ਉਸ ਬੱਚੇ ਦਾ ਨਾਮ ਨਾਰਾਇਣ ਰੱਖ ਲਈ। ਲਓ ਜੀ ਕੀ ਭਜਨ ਦਿੱਤਾ, ਬੱਚੇ ਦਾ ਨਾਮ ਰੱਖਿਆ। ਅੱਜ ਵੀ ਅਸੀਂ ਰੱਖਦੇ ਸਤਨਾਮ ਜੀ, ਹਰਨਾਮ ਜੀ, ਉਹਨਾਂ ਨਾਰਾਇਣ ਦਾਤਾ। ਮਤਲਬ ਕੀ ਸੀ? ਜਦੋਂ ਅੰਤ ਵੇਲਾ ਆਇਆ, ਛੋਟਾ ਪੁੱਤਰ ਸੀ, ਛੋਟੇ ਪੁੱਤਰ ਦਾ ਪਿਆਰ ਜ਼ਿਆਦਾ ਹੀ ਹੁੰਦਾ ਹਰੇਕ ਮਾਂ ਬਾਪ ਦਾ। ਉਹ ਫਿਰ ਪੁਕਾਰਨ ਲੱਗੇ ਅੰਤ ਵੇਲੇ, ਨਾਰਾਇਣ ਨਾਰਾਇਣ। ਬਾਹਰ ਸੀ, ਪੰਜ ਚਾਰ ਵਾਜੀਆਂ ਮਾਰੀਆਂ, ਅਜਾਮਲ ਦੇ ਸਵਾਸ ਚਲੇ ਗਏ। ਨਾਰਾਇਣ ਨਾਰਾਇਣ ਕਰਦੇ ਦੇ ਸਵਾਸ ਚਲੇ ਗਏ, ਬੱਚੇ ਨੂੰ ਯਾਦ ਕਰਦੇ ਸਵਾਸ ਚਲੇ ਗਏ, ਪਰ ਵਿਵਾਨ ਆ ਗਏ ਉੱਥੋਂ ਲੈਣ ਵਾਸਤੇ। ਜਿਨੀ ਤੈਨੂੰ ਧੰਨ ਕਹਿਆ ਤੈਨ ਜੰਮ ਦੇ ਨਾ ਆਇਆ। ਸਾਸ ਜੀ ਇੱਕੋ ਨਾਮ ਹੁਕਮ ਹੈ। ਜੇ ਹੁਕਮ ਚਾਰ ਅੱਖਰਾਂ ਦਾ ਚਾਰ ਅੱਖਰਾਂ ਨਾਮ, ਬਾਰਾਂ ਅੱਖਰਾਂ ਦਾ ਬਾਰਾਂ ਅੱਖਰਾਂ ਦਾ ਨਾਮ ਆ। ਮਰਾ ਮਰਾ ਕਹਿ ਤੋ ਮਰਾ ਮਰਾ ਨਾਮ, ਨਾਰਾਇਣ ਕਹਿ ਤਾਂ ਨਾਰਾਇਣ ਨਾਮ ਆ। ਇਹ ਨਹੀਂ ਬਈ ਜ਼ਰੂਰੀ ਆ ਕਿਉਂ ਨਹੀਂ ਜਪਦਾ। ਇਹ ਗੁਰੂ ਨਾਨਕ ਦੀ ਇੱਕ ਤੁੱਕ ਜਿਹੜੀ ਆ ਨਾ, ਉਹ ਇਸ ਤਰ੍ਹਾਂ ਦੀ, ਇਸ ਤਰ੍ਹਾਂ ਹੁਕਮ ਹੋਇਆ ਕਰੋ। ਉਦੋਂ ਬਾਅਦ ਗੁਰੂ ਨਾਨਕ ਨੇ ਸ਼ੁਰੂ ਚ ਹੀ ਏਕਾ ਦਾ ਆਤਾ
ਇੱਕ ਤਸੀ ਲਈ ਏਕਾ ਪਹਿਲਾ ਨਾਤਾ ਅੱਗੇ ਰਾਈ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜਿਹੜੇ ਪਾਠ ਕਰਦੇ ਨੇ ਉਹਨਾਂ ਨੂੰ ਪਤਾ ਇਸ ਤਰ੍ਹਾਂ ਅੱਗੇ ਰਾਈ ਇਸ ਤਰ੍ਹਾਂ ਕਰਕੇ ਕਾਰ ਓਮ ਦੀ ਕਾਰ ਉਹ ਕਾਰ ਕਿੱਥੇ ਜਾਂਦੀ ਆ ਉਹ ਧਿਆਨ ਨਾਲ ਦੇਖੋ ਉਹ ਜਿਹੜੀ ਕਾਰ ਆ ਨਾ ਉਹ ਸੱਤ ਤੇ ਜਾ ਕੇ ਮੁੜਦੀ ਆ ਓਮ ਤੋਂ ਸ਼ੁਰੂ ਹੋ ਕੇ ਸੱਤ ਤੇ ਜਾ ਕੇ ਮੁੜਦੀ ਆ ਸੱਤ ਮਤਲਬ ਸੱਚ ਸਾਰੇ ਗ੍ਰੰਥ ਸਾਹਿਬ ਸਭ ਤੋਂ ਜ਼ਿਆਦਾ ਸੱਚ ਵਾਸਤੇ ਮਿਲੇ ਜਾਂਦੀ ਵੀ ਸੱਚ ਕਰੋਗੇ ਸੱਚ ਬੋਲੋਗੇ ਤਾਂ ਗੁਰੂ ਨੂੰ ਮੰਨਣ ਦਾ ਫਾਇਦਾ ਤਾਂ ਹੀ ਤੁਹਾਡੇ ਨਾਮ ਜਪਣ ਦਾ ਫਾਇਦਾ ਤਾਂ ਹੀ ਭਜਤਾਂ ਦਾ ਫਾਇਦਾ ਜੇ ਅਸੀਂ ਸੱਚ ਨਾ ਬੋਲਾਂਗੇ ਮਨ ਚ ਕਪਟ ਹੋਊਗਾ ਝੂਠ ਬੋਲਾਂਗੇ ਕੋਈ ਭਜਤਾਂ ਦਾ ਫਾਇਦਾ ਜਿੰਨੀਆਂ ਮਰਜ਼ੀ ਮਾਲਾ ਕਮਾਈ ਜਾਈਏ ਜਿੰਨਾ ਮਰਜ਼ੀ ਭਜਨ ਕਰੀ ਜਾਈਏ ਸੱਚ ਥਾਮ ਸੱਚ ਬੈਠਤਾ ਸੱਚ ਸੁਭਾਅ ਬਣਾਇਆ ਜਗ੍ਹਾ ਵੀ ਸੱਚੀ ਬੈਠਕ ਵੀ ਸੱਚੀ ਉਹਦਾ ਫਿਰ ਜਿਹੜਾ ਮਤਲਬ ਰੱਖਿਆ ਉੱਥੋਂ ਉਹ ਵੀ ਸੱਚਾ ਰੱਖਿਆ ਸੱਚ ਸੁਭਾਅ ਬਣਾਇਆ ਸੱਚ ਪੂੰਜੀ ਸੱਚ ਵਖਰੋ ਨਾਨਕ ਕਰ ਉਹ ਪੂੰਜੀ ਵੀ ਸੱਚ ਦੀ ਵਸਤੂ ਵੀ ਸੱਚ ਤਾਂ ਗੁਰੂ ਅਰਜਨ ਕਹਿ ਜਿਹੜਾ ਨਾਨਕ ਕਰ ਪਾਇਆ ਫਿਰ ਕਰ ਪਾਉਂਦਾ ਸੱਚ ਸਤ ਨਾਮ ਨਾਮ ਸੱਚਾ ਕਿਹਦਾ ਅੱਗੇ ਲਿਖਿਆ ਕਰਤਾ ਕੌਣ ਪੁਰਖ ਪੁਰਖ ਸਤਿਗੁਰੂ ਕਰਤਾ ਪੁਰਖ ਕਰਾਉਣ ਵਾਲਾ ਨਾਮ ਜਪਾਉਣ ਵਾਲਾ ਨਾਮ ਨੂੰ ਬਣਾਉਣ ਵਾਲਾ ਉਹ ਕਰਤਾ ਪੁਰਖ ਸਤਿਗੁਰੂ ਪੁਰਖ ਜਿਤ ਸਤਿਗੁਰ ਪੁਰਖ ਮਨਾਇਆ ਤੈਨ ਪੂਜਾ ਸਭ ਕੋਈ ਜਪ ਮਨ ਸਤਨਾਮ ਸਦਾ ਸਤਨਾਮ ਹਤ ਪਤ ਮੁਖ ਉਜਰ ਹੋਈਆ ਨਿਤ ਧਿਆਈਆ ਹਰ ਪੁਰਖ ਨਿਰੰਜਨ ਜਿਹੜਾ ਪੁਰਖ ਕਾਲ ਤੋਂ ਰਹਿਤ ਹੋਵੇ ਉਹ ਸਾਡਾ ਸਤਿਗੁਰੂ ਹੀ ਹੈ ਮੈਲ ਤੋਂ ਰਹਿਤ ਦੇਹਧਾਰੀ ਸਤਿਗੁਰੂ ਵਾਸਤੇ ਪੁਰਖ ਦਾ ਨਾਂ ਕਈ ਥਾਵਾਂ ਤੇ ਆਉਂਦਾ ਉਹ ਸਤਨਾਮ ਕਰਤਾ ਪੁਰਖ ਉਹਦੇ ਕੋਲ ਮਿਲਣਾ ਬੱਚਾ ਨਾਮ ਕਿਤੋਂ ਮਿਲਣਾ ਸਤਿਗੁਰੂ ਤੋਂ ਮਿਲਣਾ ਉਹ ਸਤਿਗੁਰੂ ਕਿੱਦਾਂ ਦਾ ਉਹ ਨਿਰਭਉ ਉਹਨੂੰ ਕਿਸੇ ਦਾ ਡਰ ਨਹੀਂ ਉਹਨੂੰ ਕਿਸੇ ਨਾਲ ਵੈਰ ਨਿਰਵੈਰ ਉਹ ਅਕਾਲ ਦੀ ਮੂਰਤ ਹੈ ਉਹ ਭਗਵਾਨ ਦੀ ਮੂਰਤ ਆ ਉਹ ਅਜੂਨੀ ਤੋਂ ਰਹਿਤ ਆ ਉਹ ਭਾਵੇਂ ਸਤਿਗੁਰੂ ਰਾਮ ਸਿੰਘ ਵਾਂਗੂ ਕੋਈ ਮੱਛ ਜੇ ਪ੍ਰਗਟ ਹੋਵੇ ਉਹ ਤੋਂ ਬਾਅਦ ਆ ਕੇ ਮਾਤਾ ਜੀ ਨਾਲ ਰਾਜ ਜਾਣ ਉਹ ਕੋਈ ਜਨਮ ਲੈਣ ਦਾ ਉਹਨਾਂ ਨੂੰ ਕੋਈ ਜ਼ਰੂਰੀ ਨਹੀਂ ਅਜੂਨੀਆਂ ਤੋਂ ਰਹਿਤ ਆ ਅਜੂਨੀ ਸਾਹਿਬਾਂ ਉਸ ਗੁਰ ਪ੍ਰਸਾਦ ਨਾਲ ਕੀ ਕਰ ਜਪ ਉਸ ਗੁਰੂ ਦੇ ਪ੍ਰਸਾਦ ਨਾਲ ਉਸ ਗੁਰੂ ਦੀ ਕਿਰਪਾ ਨਾਲ ਜਪ ਸੋ ਬੜਾ ਇਹ ਲੰਬਾ ਹੈ ਕੰਮ ਆਦਿ ਸੱਚ ਗੁਰੂ ਆਦਿ ਸੱਚ ਸੱਚ ਵਾਸਤੇ ਲਿਖਿਆ ਸਾਰਾ ਸੋ ਸਾਸ਼ ਜੀ ਆਪਾਂ ਅੱਜ ਇੱਥੇ ਪ੍ਰਯੋਗ ਸ਼ੁਰੂ ਹੋਣਾ ਸਾਰੇ ਜਣੇ ਰਲ ਕੇ ਇੱਕ ਇੰਨਾ ਕੁ ਕੰਮ ਕਰ ਲਏ ਸਤਿਗੁਰੂ ਜੀ ਕੀ ਸਹਿਯੋਗ ਕਰ ਦੇਣਾ ਹਰੇਕ ਭਾਸ਼ਣ ਦੇ ਵਿੱਚ ਕਿਸੇ ਦੇ ਨਾਲ ਈਰਖਾ ਵੈਰ ਵਿਰੋਧ
ਮਨ ਚ ਨਾ ਰੱਖੋ। ਇੱਕ ਛੋਟੀ ਜਿਹੀ ਸੁੱਖ ਪੜ੍ਹ ਲਓ ਨਾਲ ਭਾਈ ਪੜ੍ਹ ਲਈ ਪਿੱਛੇ ਦੀ ਭੈਣ ਬਣ। ਭਲਾ ਨਾ ਹੋਵੇ ਜੀ ਜਿਨ੍ਹਾਂ ਦੇ ਅੰਦਰ ਤਾਕ ਪਰਾਈ, ਭਲਾ ਨਾ ਹੋਵੇ ਜੀ ਜਿਨ੍ਹਾਂ ਦੇ ਅੰਦਰ ਤਾਕ ਪਰਾਈ। ਜਿਨ੍ਹਾਂ ਅੰਦਰ ਤਾਕ ਪਰਾਈ ਹੋਵੇ ਇਸਦਾ ਕਦੇ ਨਾ ਹੋਵੇ, ਪਰ ਹੋ ਵੀ ਪਰ ਸੁੱਖ ਲੈਣ ਵਾਸਤੇ, ਸੁੱਖ ਲੈਣ ਵਾਸਤੇ ਤਰੀਕੇ ਲਿਖੇ ਨੇ। ਇੱਕ ਤਾਂ ਇਹ ਤਰੀਕਾ ਲਿਖਿਆ ਉਹਦੇ ਵਿੱਚੋਂ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨੇ ਪਾਈ ਹੋਈ। ਜੇ ਸੁੱਖ ਲੈਣਾ, ਇੱਕ ਸੁੱਖ ਲੈਣ ਵਾਸਤੇ ਤਰੀਕਾ ਲਿਖਿਆ, ਤਜੋ ਸਿਆਣ ਸੁਲਝਣੋ, ਆਪਣੀ ਸਿਆਮ ਛੱਡ ਦਿਓ, ਸਿਮਰੋ ਹਰ ਹਰ ਲਾਏ, ਏਕ ਆਸ ਹਰ ਮਨ ਰੱਖੋ, ਨਾਨਕ ਗੁਰ ਭਰਮ ਭਉ ਜਾਏ। ਸੁੱਖ ਲੈਣ ਦੇ ਤਰੀਕੇ ਨੇ, ਸੁੱਖ ਨਾ ਹੀ ਹਰ ਭਗਤ ਬਿਨਾ। ਸੁੱਖ ਲੈਣ ਦਾ ਤਰੀਕਾ, ਬਿਰਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੇ, ਪਹਿਲਾਂ ਸਭ ਕੀਤਾ। ਸੋ ਇਸ ਕਰਕੇ ਪਰਾਈ ਜਿਹੜੀ ਈਰਖਾ ਆਪਣੇ ਦਿਲ 'ਚ ਆਉਂਦੀ ਆ ਉਹ ਨਾ ਰੱਖੀਏ। ਮੇਰੇ ਵੀ ਆਈ ਆ, ਮੈਂ ਵੀ ਔਖਾ ਹੋਇਆ, ਅਤੇ ਮੈਂ ਸਾਰੇ ਸਾਧ ਸਿੰਘ ਨੂੰ ਅਰਜ਼ ਕਰਾਂਗਾ, ਇੱਕ ਛੋਟੀ ਜਿਹੀ ਸਾਖੀ ਦੱਸ ਕੇ ਮੈਂ ਅਰਜ਼ ਕਰਕੇ ਫਿਰ ਅੱਗੇ ਲਵਾਂਗਾ। ਮਹਾਂਭਾਰਤ ਦਾ ਯੁੱਧ ਚੱਲ ਰਿਹਾ, ਯੁੱਧ ਦੇ ਵਿੱਚ ਅਰਜਨ ਭਗਵਾਨ ਕ੍ਰਿਸ਼ਨ ਜੀ ਰਾਹ ਚਲਾ ਰਹੇ ਨੇ, ਉਦਾਸ ਹੋ ਕੇ ਬੈਠ ਗਏ। ਅਰਜਨ ਕਹਿੰਦੇ ਭਗਵਾਨ ਉਦਾਸ ਕਿਉਂ? ਕਹਿੰਦੇ ਅਰਜਨ ਅੱਜ ਦਾਨ ਦਾ ਸੂਰਜ ਛਿਪ ਜਾਣਾ, ਦੁਨੀਆਂ 'ਤੇ ਕੋਈ ਦਾਨੀ ਨਹੀਂ ਰਹਿਣਾ, ਦਾਨੀ ਨਹੀਂ ਰਹਿਣਾ ਦੁਨੀਆਂ 'ਤੇ। ਜਿਵੇਂ ਸਾਡੇ ਮਨਾਂ 'ਚ ਆਉਂਦਾ ਮਾਸਟਰ ਦਰਸ਼ਨ ਸਿੰਘ ਚਲੇ ਗਏ, ਹੁਣ ਸਾਨੂੰ ਕੋਈ ਵਿਦਵਾਨ ਨਹੀਂ ਮਿਲਣਾ, ਇਸ ਤਰ੍ਹਾਂ ਹੀ ਉਦੋਂ ਵੀ ਆਜਨ ਕਹਿਣਾ ਸੱਚੇ ਭਾਸ਼ਾ ਰਹਿਣਾ ਮੈਂ ਨਾਨਕ ਤੁਹਾਡੇ, ਤੁਸੀਂ ਸਿਫਤਾਂ ਕਰਨ ਦੀਆਂ ਕਰੀ ਜਾਂਦੇ। ਉਹਨਾਂ ਨੇ ਪੁੱਛਿਆ ਕਿਉਂ, ਕਹਿੰਦੇ ਕਰਨ ਨੇ ਅੱਜ ਮਰ ਜਾਣਾ, ਇਹ ਤੋਂ ਬਾਅਦ ਕੋਈ ਦਾਨੀ ਨਹੀਂ ਹੈ। ਉਹਦੇ ਮਨ 'ਚ ਆ ਗਈ ਈਰਖਾ, ਆ ਗਈ ਸਤਿਪਾ, ਕਹਿੰਦੇ ਅਰਜਨ ਤੇਰੇ ਮਨ 'ਚ ਈਰਖਾ ਆ ਗਈ ਹੈ, ਤੂੰ ਅਗਨ ਆ ਗਈ ਤੇਰੇ ਅੰਦਰ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਦੇ ਖੇਡ ਜਾਣਾ। ਇਹ ਅੰਗ ਜਿਹਦੇ ਅੰਦਰ ਆ ਜਾਵੇ ਇਹ ਫਿਰ ਕਿਸੇ ਏਸੀ ਨਾਲ ਨਹੀਂ ਬੁਝਦੀ,
ਕਿਸੇ ਪੱਖੇ ਨਾਲ ਨਹੀਂ ਬੁੱਝਦੀ। ਕਿਸੇ ਵੀ ਬੱਸ ਦੇ ਵਿੱਚ ਬਹਿ ਕੇ ਬਰਫੀਲੇ ਸ਼ਹਿਰ ਜਾ ਕੇ ਬਰਫੀਲੇ ਦੇਸ਼ ਜਾ ਕੇ ਨਹੀਂ ਬੁੱਝਦੀ। ਇਹ ਅਗਨੀ ਬੈਠਣੀ ਹੁੰਦੀ। ਇਹਨੂੰ ਭਜਾਉਣ ਵਾਸਤੇ ਸਤਿਗੁਰ ਦੀ ਸੰਗਤ, ਸਾਧ ਸੰਗਤ, ਸਾਧ ਸੰਗਤ ਦੇ ਵਿੱਚ ਸੱਤ ਸੰਗਤ, ਸੱਤ ਮਤਲਬ ਹਿੰਦੀ 'ਚ ਸੱਤ, ਪੰਜਾਬੀ 'ਚ ਸੱਚ, ਸੱਚ ਦੀ ਸੰਗਤ ਕਰਨੀ ਹੈ ਇਹਦੀ। ਇੱਥੇ ਆ ਕੇ ਕਾਂਟਾ ਤੋਂ ਘੰਟੇ ਮਾਲਾ ਫੇਰੀਆਂ, ਇੱਕ ਦੂਜੇ ਮੂੰਹ ਵੱਲ ਦੇਖਿਆ, ਅਸੀਂ ਸ਼ਹਿਰ ਪੰਜਾਬ 'ਚ ਚਲੇ ਗਏ, ਬਾਹਰ ਲਿਆ ਕੇ ਫਿਰ ਇੱਕ ਦੂਜੇ ਨਾਲ ਲੜਨ ਲੱਗ ਗਏ, ਇੱਕ ਦੂਜੇ ਨਿੰਦੇ ਚੁਗਲੀਆਂ ਕਰਨ ਲੱਗ ਗਏ। ਉਹ ਕੋਈ ਫਾਇਦਾ ਨਹੀਂ। ਫਾਇਦਾ ਉਦੋਂ ਹੀ ਆ ਜਦੋਂ ਅਸੀਂ ਅੰਦਰੋਂ ਵੈਰ ਵਿਰੋਧ ਛੱਡ ਕੇ ਸਚਪਹਿਲ ਚਰਨਾਂ ਦਾ ਆਸਰਾ ਲੈ ਕੇ ਸਾਧ ਸੰਗਤ ਦੇ ਵਿੱਚ ਬੈਠਾਂਗੇ, ਇਹਨੂੰ ਸੱਤ ਸੰਗਤ ਬਣਾਵਾਂਗੇ, ਸੱਚੀ ਸੰਗਤ ਬਣਾਵਾਂਗੇ। ਨਿੰਦਿਆ ਦੀ ਸੰਗਤ ਨਹੀਂ ਕਰਨੀ, ਝੂਠ ਦੀ ਸੰਗਤ ਨਹੀਂ ਕਰਨੀ। ਸੰਗਤ ਤਾਂ ਕੁਸੰਗਤ ਦੀ ਵੀ ਹੁੰਦੀ ਹੈ ਨਾ, ਸੰਗਤ ਤਾਂ ਸਾਕਤ ਕੇ ਵੀ ਰਿਹਾ, ਸਾਕਤ ਸੰਗ ਨਾ ਕੀ ਹੈ, ਉਹ ਵੀ ਸੰਗਤ ਆ। ਗੱਲ ਤਾਂ ਸੱਤ ਸੰਗਤ ਦੀ ਹੈ, ਸੱਚੀ ਸੰਗਤ ਹੋਣੀ ਚਾਹੀਦੀ ਹੈ। ਸਚਪਾਹ ਕਿਰਪਾ ਕਰਨ ਸੱਤ ਦੀ ਸੰਗਤ ਇੱਥੇ ਆ ਕੇ ਕਰਨੀ ਹੈ। ਪ੍ਰਯੋਗ ਦੇ ਦਿਨਾਂ ਵਿੱਚ ਸਾਹਮਣੇ ਅੰਤਰੋਂ ਬਾਹਰੋਂ ਇੱਕ ਹੋ ਕੇ ਕਿਸੇ ਨੇ ਕਿਸੇ ਨੂੰ ਬਾਤ ਕਰਤੀ, ਕਿਸੇ ਨੇ ਕਿਸੇ ਨੂੰ ਕੁਛ ਕਹਿਤਾ, ਛੱਡ ਕੇ ਫਿਰ ਪ੍ਰਯੋਗ ਜੱਟ ਕੇ ਭਜਨ ਕਰੋ, ਅੰਮ੍ਰਿਤ ਵੇਲਾ ਨਾ ਛੱਡੋ, ਸੰਤ ਦੀ ਸੰਗਤ ਕਰਨੀ ਹੈ। ਫਿਰ ਸਾਡਾ ਘਰ ਥਾਂ ਰਹੇਗਾ। ਅਰਜਨ ਕਹਿੰਦਾ ਸੱਚੇ ਪਾਤਸ਼ਾਹ ਰਹਿਣਾ ਮੈਂ ਅੱਜ ਦੇ ਚਰਨਾਂ ਵਿੱਚ ਆ, ਸਿਫਤਾਂ ਕਰਨਗੀਆਂ ਹੁੰਦੀਆਂ ਨੇ। ਗੁਰੂ ਨਾਨਕ ਦੇਵ ਨੇ ਲਿਖਿਆ, ਰੋਵੈ ਪਾਂਡਵ ਭੈ ਮਜੂਰ, ਜਿਨਕੇ ਸਵਾਮੀ ਰਾਹਤ ਹਜ਼ੂਰ। ਜਿਨ੍ਹਾਂ ਦੇ ਸਵਾਮੀ ਉਹਨਾਂ ਦੇ ਹਰ ਟਾਈਮ ਨਾਲ ਰਹਿੰਦੇ ਸੀ, ਉਹ ਵੀ ਰੋਂਦੇ ਰਹਿੰਦੇ, ਉਹ ਵੀ ਈਰਖਾ ਦੇ ਨਾਲ ਸੜਦੇ ਰਹਿੰਦੇ। ਚਾਹੇ ਕੋਈ ਸਚਪਾਹੇ ਦੇ ਗੁਰਬਈ ਬਣ ਗਏ, ਚਾਹੇ ਕੋਈ ਸਚਪਾਹੇ ਨਾਲ ਰੋਜ਼ ਮਿਲੇ, ਚਾਹੇ ਜੱਥੀਆਂ ਪਾਲਵੇ, ਉਦੋਂ ਹੀ ਠੀਕ ਹੋਣਾ ਜਦੋਂ ਅੰਦਰੋਂ ਸੱਚ ਆਉਣਾ ਅਤੇ ਝੂਠ ਨਿਕਲ ਜਾਣਾ। ਭਗਵਾਨ ਕਹਿੰਦੇ ਨੇ ਫਿਰ ਪਰਖ ਲਈਏ, ਕਹਿੰਦੇ ਠੀਕ ਆ, ਜੇ ਆਪਾਂ ਇਸ ਰੂਪ 'ਚ ਗਏ ਫਿਰ ਤਾਂ ਸਾਨੂੰ ਕਰਨ ਹੈ ਪਛਾਣ ਲੈਣਾ। ਦੋਨਾਂ ਨੇ ਪੰਡਿਤ ਦਾ ਰੂਪ ਧਾਰ ਕੇ, ਦੋਨੇ ਪੰਡਿਤ ਬਣ ਗਏ, ਭਗਵਾਨ ਕ੍ਰਿਸ਼ਨ ਬਜ਼ੁਰਗ ਬਣ ਗਏ, ਅਰਜਨ ਮੁੰਡਾ ਬਣ ਗਿਆ, ਪੰਡਿਤ ਦੋਨੇ ਪੰਡਿਤ ਦਾ ਰੂਪ ਧਾਰ ਕਰਕੇ ਗਏ ਕਰਨ ਕੋਲ। ਕਰਨ ਜਨਮੇ ਲਹੂ ਲੁਹਾਨ ਹੋ ਕੇ, ਪਤਾ ਨਹੀਂ ਕਿੰਨੇ ਸੈਂਕੜੇ ਸਰੀਰ ਦੇ ਜ਼ਖਮ ਲੱਗੇ ਹੋਏ, ਧਰਤੀ 'ਤੇ ਡਿੱਗਿਆ, ਬੇਹੋਸ਼ ਪਿਆ, ਉਂਗਲਾਂ ਝੜੀਆਂ ਹੋਈਆਂ ਨੇ, ਜਾ ਕੇ ਕਰਨ ਦੇ ਕੋਲ ਆਖਦੇ, ਹੇ ਕਰਨ ਬੇਹੋਸ਼, ਹੇ ਦਾਨਵੀਰ ਕਰਨ, ਕੁਛ ਅੱਖਾਂ ਖੋਲੀਆਂ, ਕਹਿੰਦੇ ਤੂੰ ਚਲੇ ਜਾਏ ਨਾ ਤੇ ਸਾਡਾ ਮੰਗਦਿਆਂ ਦਾ ਕੀ ਬਣੂਗਾ, ਕੌਣ ਆ ਮੰਗਦਿਆਂ ਦਾ। ਬਜ਼ੁਰਗ ਕਹਿੰਦੇ ਨੇ ਮਰੇ ਹੈ ਸੋ ਮੰਗਣ ਜਾਈਏ, ਪਹਿਲਾਂ ਮਰਦਾ ਫਿਰ ਮੰਗਣ ਜਾਂਦਾ। ਕਈ ਸਿਆਣੇ ਕਹਿੰਦੇ ਕੱਖਾਂ ਨਾਲੋਂ ਵੀ ਹੌਲਾ ਹੁੰਦਾ ਮੰਗਦਾ,
ਉਹ ਮੇਰੇ ਨਾਲ ਕਹਿੰਦਾ ਉਹ ਕੱਖਾਂ ਨਾਲ ਹੋਣਾ ਕਿਵੇਂ ਹੋਇਆ, ਕੱਖ ਦਾ ਹਨੇਰੀ ਲਾ ਕੇ ਲੈ ਕੇ ਆ ਬੰਦੇ ਨੂੰ ਧੜੋਂ ਵੀ ਸੱਚੀ ਭਾਸ਼ਾ ਉਹਦੇ ਫਿਰ ਸਿਆਣੇ ਲਾ ਦਿੱਤਾ ਵੀ ਕੱਖ ਤਾਂ ਉੜ ਜਾਣਾ, ਹਨੇਰੀ ਮੰਗਤੇ ਨੂੰ ਤਾਂ ਨਹੀਂ ਉਡਾਉਂਦੀ ਵੀ ਪਤਾ ਨਹੀਂ ਮੇਰੇ ਤੋਂ ਨਾ ਰਾਹ ਜਾ ਕੇ ਕੁਛ ਮੰਗਣ ਮੇਰੇ ਤੇ ਜੇ ਮੈਂ ਲਈ ਨਾ। ਕਬੀਰ ਜੀ ਨੇ ਲਿਖਿਆ ਨਿਰਧਨ ਆਦਰ ਕੋਈ ਨਾ ਦੇ, ਗਰੀਬ ਨੂੰ ਆਦਰ ਕੋਈ ਨਹੀਂ ਦਿੰਦਾ, ਲੱਖ ਯਤਨ ਕਰੇ ਉਹ ਚਿੰਤ ਨਾ ਕਰੇ, ਜਿੰਨੇ ਮਰਜ਼ੀ ਮਿੰਨਤਾਂ ਕਰ ਲਵੇ ਤਰਲੇ ਮਾਰ ਲਵੇ ਉਹ ਨਹੀਂ ਕਹਿਣਾ ਕਿ ਇਹ ਸੱਚ ਬੋਲਦਾ, ਉਹ ਨਹੀਂ ਕਹਿਣਾ ਇਹ ਝੂਠੇ ਬੋਲਦਾ, ਇਹ ਉੱਤੋਂ ਤੋਂ ਪਖੰਡ ਕਰਦਾ, ਲੱਖ ਯਤਨ ਕਰੇ ਚਿੰਤ ਨਾ ਕਰੇ। ਜੇ ਨਿਰਧਨ ਸਰਧਨ ਕਹਿ ਜਾ ਰਹੇ ਗਰੀਬ ਆਦਮੀ ਅਮੀਰ ਆਦਮੀ ਨੇ ਜਾਂਦਾ ਤਾਂ ਆਗਿਆ ਬੈਠਾ ਪੀਠ ਪਰ ਆਏ, ਅਮੀਰ ਆਦਮੀ ਮੂੰਹ ਮੋੜ ਕੇ ਬਹਿ ਜਾਂਦਾ ਵੀ ਲਵੀ ਇਹ ਫਿਰ ਮਿਲ ਕੇ ਸਵਾਲ ਪਾਏ। ਜੇ ਸਰਧਨ ਨਿਰਧਨ ਕਹਿ ਜਾਏ ਲੀਆ ਆਦਰ ਲੀਆ ਬਲ, ਉਹਨੂੰ ਆਪਣੀ ਪੱਗ ਲਾ ਕੇ ਵੀ ਆਪਣੇ ਚੌਂਕੀ ਸਾਫ਼ ਕਰਕੇ ਪਾਉਣ। ਸੋ ਗਰੀਬ ਆਦਮੀ ਦਾ ਕੋਈ ਨਹੀਂ, ਫਰੀਦ ਜੀ ਵੀ ਕਹਿੰਦੇ ਨੇ ਫਰੀਦਾ ਬਾਲ ਪੁਰਾਏ ਬੈਠਣਾ ਸਾਈਂ ਜੀ ਦੇ ਜਾਂਦੇ, ਜੇ ਤੂੰ ਇਹਨੇ ਰੱਖ ਸੀ ਜੀਓ ਸ੍ਰੀ ਬੋਲੇ, ਕਿਸੇ ਦੇ ਅੱਗੇ ਹੱਥ ਅਡਾਉਣੇ ਆ ਜੇ ਕਿਸੇ ਦੇ ਮੁਹਤਾਜ ਹੀ ਕਰਨਾ ਤਾਂ ਮੇਰੀ ਜਾਨ ਲੈ ਲਾ, ਤੂੰ ਮੇਰਾ ਜੀ ਕੱਢ ਲਾ, ਮੈਨੂੰ ਇਹੋ ਜਿਹੀ ਜ਼ਿੰਦਗੀ ਨਾ ਦੇ। ਸੋ ਪੰਡਿਤ ਜੀ ਕਹਿੰਦੇ ਪੰਡਿਤ ਜੀ ਕਰਨ ਜੀ ਅਸੀਂ ਤਾਂ ਮੰਗਦੇ ਬਣ ਕੇ ਆਏ ਹਾਂ। ਉਹ ਕਹਿੰਦਾ ਦੱਸੋ ਵੀ ਮੈਂ ਤਾਂ ਮਰਨ ਦੇ ਟਾਈਮ ਤੇ ਆਇਆ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ। ਪੰਡਿਤ ਕਹਿੰਦੇ ਮੇਰੀ ਬੇਟੀ ਦਾ ਵਿਆਹ ਮੈਂ ਬਿਰਧ ਹੋ ਗਿਆ, ਉਹਦੇ ਵਾਸਤੇ ਸੋਨਾ ਚਾਹੀਦਾ, ਸਾਨੂੰ ਸੋਨਾ ਦੇ। ਉਹ ਕਹਿੰਦਾ ਪੰਡਿਤ ਜੀ ਕਮਲੇ ਹੋਏ ਉਹਨੂੰ ਮੈਂ ਹਿੱਲ ਸਕਦਾ ਨਹੀਂ, ਮੇਰਾ ਸਭ ਕੁਝ ਖਤਮ ਹੋ ਗਿਆ, ਤੁਹਾਨੂੰ ਸੋਨਾ ਕਿੱਥੋਂ ਦੇਵਾਂ। ਪੰਡਿਤ ਜੀ ਕਹਿੰਦੇ ਕਰਨ ਝੂਠ ਨਾ ਹੋ, ਤੂੰ ਦੇ ਸਕਦਾ, ਕਹਿੰਦੇ ਦੱਸੋ ਜੀ ਤੇਰੇ ਕੋਲ ਸੋਨਾ ਕਿੱਥੇ ਆ, ਕਹਿੰਦੇ ਦੇਖ ਤੇਰੇ ਦੰਦਾਂ 'ਚ ਸੋਨਾ ਲੱਗਿਆ, ਉਹ ਦੰਦਾਂ ਦਾ ਸੋਨਾ ਲਾ ਕੇ ਮੈਂ ਜਦੋਂ ਮੇਰੀ ਬੇਟੀ ਦਾ ਵਿਆਹ ਹੋ ਜਾਣਾ। ਓਹੋ ਮੈਨੂੰ ਤਾਂ ਪਤਾ ਹੀ ਸੀ, ਮੈਨੂੰ ਯਾਦ ਹੀ ਸੀ ਮੇਰੇ ਦੰਦਾਂ ਨਾਲ ਸੋਨਾ ਵੀ ਲੱਗਿਆ ਹੈ। ਪੰਡਿਤ ਜੀ ਇਸ ਤਰ੍ਹਾਂ ਕਰੋ ਇੱਥੋਂ ਕੋਈ ਰੋੜਾ ਫੜਾਓ, ਰੋੜਾ ਲੈ ਕੇ ਮੇਰੇ ਦੰਦਾਂ 'ਤੇ ਮਾਰ ਕੇ ਤੰਦ ਕੱਢ ਲਓ ਅਤੇ ਸੋਨਾ ਲਾ ਕੇ ਲੈ। ਉਹ ਕਹਿੰਦੇ ਰਾਮ 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 ਰਾਮ, ਮੈਂ ਤੈਨੂੰ ਰੋੜਾ ਮਾਰ ਕੇ ਪਾਪਾਂ ਦਾ ਭਾਗੀ ਥੋੜ੍ਹਾ ਪੜ੍ਹਨਾ, ਮੈਂ ਤੈਨੂੰ ਆਪੇ ਦੇ ਕੱਢ ਕੇ। ਕਰਨ ਕਹਿੰਦਾ ਫਿਰ ਇਸ ਤਰ੍ਹਾਂ ਕਰੋ ਮੈਨੂੰ ਰੋੜਾ ਫੜਾ ਹੀ ਦਿਓ, ਮੈਂ ਤੋੜ ਕੇ ਦਾ ਨਾ ਜੀ ਇਹ ਵੀ ਮੈਂ ਮੇਰਾ ਲੱਗੂਗਾ, ਤੂੰ ਰੋੜਾ ਫੜਾਇਆ ਤਾਂ ਉਹਨੇ ਦੰਦ ਤੋੜੇ, ਤਾਂ ਦੰਦ ਤੋੜੇ। ਭਗਵਾਨ ਕਹਿੰਦੇ ਵੀ ਆਪ ਹੀ ਕਰਨ ਫਿਰ ਰਿੜਦਾ ਰਿੜਦਾ ਰਿੜਦਾ, ਕਦੇ ਉਲਟਾ ਹੋ ਕੇ ਕਦੇ ਸਿੱਧਾ ਹੋ ਕੇ, ਕਦੇ ਢਿੱਡ ਪਾਰ ਕਦੇ ਲੱਕ ਪਾਰ, ਰੋੜੇ ਕੋਲ ਪਹੁੰਚ ਗਿਆ।
ਅਰੋੜੇ ਕੋਲ ਪਹੁੰਚ ਕੇ ਫਿਰ ਅਰੋੜਾ ਫੜ ਕੇ ਆਪਣੇ ਲੱਗਿਆ ਜੋ ਦੰਦਾਂ ਤੇ ਮਾਰਨ ਭਗਵਾਨ ਨੇ ਬਾਹ ਫੜ ਪ੍ਰਗਟ ਹੋ ਗਿਆ ਭਗਵਾਨ ਕ੍ਰਿਸ਼ਨ ਕਰਨ ਬਸ ਤੇਰੀ ਇੰਨੀ ਕਿ ਦੇਖਣ ਆਏ ਸੀ ਅਸੀਂ ਵੀ ਉਹ ਕਰਨ ਹੈਗਾ ਕੰਮ ਅੰਤ ਟਾਈਮ ਤੇ ਬਦਲ ਗਿਆ ਅਰਜਨ ਭਗਵਾਨ ਪੁੱਛਦੇ ਅਰਜਨ ਕੋਈ ਸ਼ੰਕਾ ਹੈ ਕੋਈ ਇਹਦੇ ਪ੍ਰਣਾਮ ਦਾ ਨਹੀਂ ਹੋਰ ਪਰ ਸਾਡੇ ਸਾਨੂੰ ਰਾਮ ਸਿੰਘ ਪਤਾ ਨਹੀਂ ਕਿੱਡੇ ਕਿੱਡੇ ਦਾਨ ਨਹੀਂ ਸਿੱਖ ਬਣਾ ਦਿੰਦੇ ਨੇ ਕਿੱਡੇ ਕਿੱਡੇ ਦਾਨ ਕਰਨ ਵਾਲੇ ਮਹਾਂਦਾਨੀ ਬੈਠੇ ਕਈ ਕਰਮ ਨਾਲ ਤੇ ਵਾਪਰ ਜੇ ਕੋਈ ਕਰਮ ਹੋਇਆ ਉਹ ਕਹਿੰਦਾ ਸੱਚੇ ਪਾਤਸ਼ਾਹ ਮੇਰੀ ਗਲਤੀ ਹੋ ਗਈ ਮੇਰੀ ਗਲਤੀ ਮਾਫ਼ ਕਰੋ ਮੈਨੂੰ ਬਖਸ਼ਿਸ਼ ਕਰੋ ਅੱਗੇ ਤੋਂ ਮੇਰੇ ਅੰਦਰ ਈਰਖਾ ਨਾ ਆਵੇ ਅੱਗੇ ਤੋਂ ਮੈਂ ਇਹੋ ਜਿਹਾ ਮਨ ਨਾ ਬਣਾਵਾਂ ਸੱਚੇ ਪਾਤਸ਼ਾਹ ਕਹਿੰਦੇ ਕਰਨ ਮੰਗਣਾ ਕੁਛ ਸੱਚ ਪਾਤਸ਼ਾਹ ਬੜੀ ਕਿਰਪਾ ਕੀਤੀ ਦਰਸ਼ਨ ਦਿੱਤੇ ਨਹੀਂ ਕਰਨ ਕੋਈ ਮੰਨ ਲੈ ਉੱਥੇ ਦੱਸਦੇ ਨੇ ਉੱਥੇ ਕਰਨ ਨੇ 17 ਮੰਗਾਂ ਮੰਗੀਆਂ ਅਖੀਰਲੀਆਂ 2 ਮੰਗਾਂ ਇਹ ਮੰਗੀਆਂ ਹੇ ਭਗਵਾਨ ਮੇਰੇ ਸਵਾਸ ਨਿਕਲਣ ਤਾਂ ਤੇਰੀ ਗੋਦੀ ਦੇ ਵਿੱਚ ਨਿਕਲ ਮੈਂ ਮਰਾਂ ਤਾਂ ਤੇਰੀ ਗੋਦ ਵਿੱਚ ਮਰਾਂ ਦੂਜਾ ਸੱਚਾ ਫਟਾਫਟ ਕੀਤਾ ਭਗਵਾਨ ਨੇ ਕਰਨ ਨੂੰ ਆਪਣੀ ਗੋਦੀ ਚ ਲੈ ਲਿਆ ਵਾਹ ਧੰਨ ਉਹ ਸਿੱਖ ਨੇ ਜਿਹਨਾਂ ਨੂੰ ਸਤਿਗੁਰੂ ਗੋਦੀ ਚ ਲੈਂਦਾ ਰਿਹਾ ਜਿਹਨਾਂ ਨੂੰ ਸਤਿਗੁਰੂ ਜਪੀਆਂ ਪਾਉਂਦੇ ਰਹੇ ਅਸੀਂ ਸਤਿਗੁਰੂ ਜਗੀਰ ਸਿੰਘ ਦੀਆਂ ਮੋਜਾਂ ਲਈਆਂ ਨੇ ਸਾਨੂੰ ਪਤਾ ਸਰਕਾਰ ਕਿਵੇਂ ਕਰਦੇ ਸੀ ਉਹ ਪਤਾ ਹੀ ਨਹੀਂ ਸੀ ਲੱਗਦੇ ਪੰਮਾਂ ਨਾਲ ਭੱਜ ਭੱਜ ਕੇ ਆ ਕੇ ਸਾਨੂੰ ਚੁੱਕ ਕੇ ਘੁਮਾ ਦਿੱਤੇ ਇਹ ਜਾ ਮੇਰਾ ਸਾਧੂ ਜਗੀਰ ਕਰਨ ਤੂੰ ਮੇਰੀ ਗੋਦੀ ਜਾ ਸੱਚੇ ਪਾਤਸ਼ਾਹ ਦੂਸਰੀ ਮੰਗ ਅਖੀਰਲੀ ਮੰਗ ਇਹ ਆ ਮੇਰਾ ਸੰਸਕਾਰ ਉੱਥੇ ਹੋਵੇ ਹੋਵੇ ਤੇਰੇ ਕੋਲ ਤੇਰੇ ਹੱਥੀ ਹੋਵੇ ਉੱਥੇ ਜਿੱਥੇ ਕੋਈ ਵੀ ਸਰੀਰ ਨਾ ਸੜਿਆ ਹੋਵੇ ਇੰਨੀ ਗੱਲ ਕਹਿ ਕੇ ਕਰਨ ਜੀ ਨੇ ਸਵਾਲ ਦੇ ਹੁਣ ਇਹ ਤਾਂ ਟਾਈਮ ਨਹੀਂ ਭਗਵਾਨ ਨੂੰ ਮਿਲਿਆ ਮੈਂ ਪੁੱਛਾਂ ਵੀ ਕਿਹੜੀ ਜਗ੍ਹਾ ਭਗਵਾਨ ਲੱਗੇ ਖੋਜਣ ਵੀ ਕੋਈ ਜਗ੍ਹਾ ਹੈ ਇਹ ਜੀ ਹਾਂ ਕਿਤੇ ਕੋਈ ਥਾਂ ਨਹੀਂ ਮਿਲੀ ਕਿਤੇ ਕੋਈ ਜਗ੍ਹਾ ਨਹੀਂ ਮਿਲੀ ਧਰਤੀ ਨੂੰ ਪੁੱਛਿਆ ਵੀ ਤੇਰੀ ਜਗ੍ਹਾ ਕੋਈ ਹੈ ਉਹ ਕਹਿੰਦੇ ਇੱਥੇ ਕਈ ਵਾਰ ਭੀਸ਼ਮ ਪਿਤਾਮਾ ਜੀ ਸੰਸਕਾਰ ਹੋ ਚੁੱਕਿਆ ਕਈ ਵਾਰ ਇੱਥੇ ਦੁਰਯੋਧਨ ਦਾ ਸੰਸਕਾਰ ਹੋ ਚੁੱਕਿਆ ਕੋਈ ਜਗ੍ਹਾ ਅਖੀਰ ਤੇ ਭਗਵਾਨ ਕ੍ਰਿਸ਼ਨ ਨੇ ਆਪਣੇ ਖੱਬੇ ਹੱਥ ਦੇ ਉੱਤੇ ਰੱਖ ਕੇ ਕਰਨ ਦੀ ਲਾਸ਼ ਨੂੰ ਖੱਬੇ ਹੱਥ ਤੇ ਲੱਕੜਾਂ ਪਾ ਕੇ ਸੰਸਕਾਰ ਕੀਤਾ ਉਹ ਸੱਜੇ ਹੱਥ ਤੇ ਕਿਉਂ ਕੀਤਾ
ਜਦੋਂ ਹੱਥ ਕਿਸੇ ਅੱਗੇ ਅੱਡਦੇ ਹਾਂ ਮੰਗਣ ਵਾਸਤੇ ਤਾਂ ਹੱਥ ਨੂੰ ਸੜ ਜਾਂਦਾ। ਭਗਵਾਨ ਕ੍ਰਿਸ਼ਨ ਜਦੋਂ ਬਲਰਾਜੇ ਦੇ ਅੱਗੇ ਮੰਗਣ ਗਏ ਸੀ ਕਿ ਦੇ, ਬਲਰਾਜਾ ਦਾਨੀ ਸੀ, ਉਹ ਤਾਂ ਜ਼ਮੀਨ ਹੁੰਦੀ ਢਾਈ ਕਰਮਾ, ਉਦੋਂ ਹੱਥ ਲੱਗਿਆ ਸੀ, ਉਦੋਂ ਦਾ ਹੱਥ ਸੜਿਆ ਹੋਇਆ ਸੀ, ਇਸ ਕਰਕੇ ਇਹ ਹੱਥ ਦਾਗੀ ਹੋਇਆ ਸੀ। ਖੱਬਾ ਹੱਥ ਠੀਕ ਸੀ, ਖੱਬੇ ਹੱਥ ਦੇ ਉੱਤੇ ਰੱਖ ਕੇ ਭਗਵਾਨ ਨੇ ਕਰਮ ਦਾ ਸੰਸਕਾਰ ਕੀਤਾ। ਗੱਲ ਕਿਆ ਕੋਈ ਤਾਂਸੀ ਸਾਧੂ ਜੀ ਕੀ ਸੰਸਕਾਰ ਆਵਾਜ਼ ਤਾਂ ਆਈ, ਮੈਂ ਗੱਜ ਕੇ ਗੱਲ ਕੀਤੀ। ਗੱਲ ਕਿਆ ਕੋਈ ਤਾਂਸੀ ਸਾਧੂ ਜੀ ਕੀ ਸੰਭਾਸ਼ ਜਾਂਦਾ, ਹਾਂ ਆਪਣੇ ਹੋਰ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਅਸੀਂ ਜੇ ਕਿਸੇ ਆਪਣੇ ਪੁੱਤਰ ਨੂੰ ਆਵਾਜ਼ ਮਾਰਨੀ ਹੋਵੇ ਨਾ, ਇੱਥੋਂ ਖੜ ਕੇ ਉਹ ਸਿਵਲ ਹਸਪਤਾਲ ਤੱਕ ਵੀ ਸਾਡੀ ਆਵਾਜ਼ ਪਹੁੰਚਦੀ, ਅਤੇ ਗ੍ਰਾਮ ਪਰਾਇਆ ਉਹ ਨਾਉ ਲੈਣ ਕਿ ਸਾਡੇ ਮੂੰਹ 'ਚ ਆਵਾਜ਼ ਨਿਕਲਦੀ। ਕਿਰਪਾ ਕਰਿਆ ਕਰੋ ਦਾਗੇ ਨਾਮ ਦੇ ਆ ਕੇ ਸੱਚੇ ਪਾਤਸ਼ਾਹ ਤਾਂਸੇ ਸਤਿਗੁਰੂ ਦੇ ਸਿੰਘ। ਸਤਿਗੁਰੂ ਜੀ ਕੀ ਸੀ, ਤੁਰੇ ਜਾਂਦੇ ਉਹਨਾਂ ਦਾ ਪ੍ਰਯੋਗ ਚੱਲ ਰਿਹਾ ਸੀ, ਵੀਰਵਾਰ ਦਾ ਦਿਨ ਸੀ। ਬੋਲਣਾ ਨਹੀਂ ਸੀ, ਪੰਡਿਤ ਜੀ ਨਾਲ ਸੀ। ਅੱਗੇ ਇੱਕ ਨਿਹੰਗ ਸਿੰਘ ਆਇਆ, ਮੱਥਾ ਟੇਕਿਆ, ਨਮਸਕਾਰ, ਸੱਚ ਪਾ ਇਸ਼ਾਰਾ ਕੀਤਾ ਪੰਡਿਤ ਜੀ ਨੂੰ, ਇਹਨੂੰ ਪੁੱਛੋ ਵੀ ਕੀ ਕਹਿੰਦੇ ਨੇ। ਪੁੱਛਿਆ ਪੰਡਿਤ ਜੀ ਨੇ, ਬਸ ਪੁੱਛਿਆ ਪੰਡਿਤ ਜੀ ਨੇ ਕੀ ਹੁਕਮਾਂ ਨੇ ਸਿੰਘ ਜੀ। ਉਹ ਕਹਿੰਦੇ ਵੀ ਮੈਨੂੰ ਕੜਵਾ ਚਾਹੀਦਾ। ਪੰਡਿਤ ਜੀ ਨੇ ਸਿਰਪਾਈ ਚਰਨਾਂ 'ਚ ਅਰਜ਼ ਕੀਤੀ, ਸੱਚ ਪਾਤਸ਼ਾਹ ਕੜਵਾ ਮੰਗਦੇ ਰਹੇ ਨੇ ਸਿੰਘ। ਸੱਚ ਪਾ ਕਹਿੰਦੇ ਦੇ ਦਿਓ। ਪੰਡਿਤ ਜੀ ਨੇ ਉੱਥੋਂ ਆਵਾਜ਼ ਮਾਰੀ, ਸਿਰ ਨੂੰ ਵੀ ਕੜਵਾ ਲਿਆ ਉਹਨੇ। ਉਹ ਕਹਿੰਦੇ ਰਹਿਣ ਦਿਓ ਜੀ, ਮੈਂ ਨਹੀਂ ਕੜਵਾ ਦੇਣਾ। ਸਤਿਗੁਰੂ ਸਭ ਦਾ ਸਾਂਝਾ, ਸਤਿਗੁਰ ਸਭਨਾਂ ਦਾ ਭਲਾ ਮਨਾਇਆ, ਇਸਦਾ ਬੁਰਾ ਕਿਉਂ ਹੋਇਆ? ਇਸ ਗੁਰੂ ਵਰਗਾ ਉਹ ਅਸੀਂ ਸ਼ੁਕਰ ਗੁਜ਼ਾਰ ਹੀ ਨਹੀਂ ਸਕਦੇ, ਸ਼ੁਕਰਾਨਾ ਕਰੇ ਨਹੀਂ ਸਕਦੇ। ਸਾਨੂੰ ਐਡਾ ਐਡਾ ਵੱਡਾ ਇੰਨੇ ਵੱਡੇ ਸੁੱਖ ਦੇ ਦਿੱਤੇ ਮੇਰੇ ਸਤਿਗੁਰ ਨੇ, ਸਾਨੂੰ ਗੁਰੂ ਭੁੱਲ ਗਿਆ। ਦਾਤ ਪਿਆਰੀ ਪਿਸਰਿਆ ਦਾਤਾ, ਜਿਹੜੀ ਦਾਤ ਆ ਉਹ ਦਿੱਤੀ ਜਾਵੇਗੀ, ਦੇਣ ਵਾਲਾ ਭੁੱਲ ਗਿਆ। ਸੱਚ ਪਾਤਸ਼ਾਹ ਕਿਰਪਾ ਕਰੇ ਸਾਡੇ ਤੇ, ਸਾਨੂੰ ਆਪਣਾ ਯਾਦ ਨਾ ਭੁਲਾਵੇ। ਸੋ ਸਾਹ ਸਿੰਘ ਚ ਇਸ ਤਰ੍ਹਾਂ ਅਸੀਂ ਈਰਖਾ ਨੂੰ ਛੱਡ ਕੇ ਜੇ ਕੁਛ ਕਰਨਾ ਪ੍ਰਯੋਗ ਚ ਆਉਣਾ, ਸਾਰੀ ਸਾਸ ਬੜੀ ਉਦਮ ਨਾਲ ਆਉਂਦੀ ਆ। ਹੱਥ ਜੋੜ ਕੇ ਬੇਨਤੀ ਆ ਵੀ ਬੈਰ ਰੋਹ ਈਸਰਤ ਬੈਰ ਸਭ ਕੁਛ ਛੱਡ ਕੇ ਇੱਥੇ ਆਈਏ।